ਆ ਤੇਰਾ ਨਾਮ ਸਿਪਾਹੀ ਮੋਹ ਲਾਲ ਹਾਂ ਜੀ ਜਨਾਬ ਅੱਜ ਦਾ ਇਹ ਸਪੈਸ਼ਲ ਨਾਕਾ ਤੇ ਮੈਂ ਜੁਗਨੂ ਹਾਲਦਾਰ ਵੈਸੇ ਵੀ ਬਹੁਤ ਕਮ ਹਾਂ ਜੀ ਜਨਾਬ ਮੇਰੇ ਨਾਕੇ ਬਾਰੇ ਮੰਨਿਆ ਹੋਇਆ ਵੀ ਇੱਥੇ ਬੰਦਿਆਂ ਦੀ ਗੱਲ ਤਾਂ ਛੱਡ ਦੋ ਪਰਿੰਦਾ ਵੀ ਪਰ ਮਾਰ ਕੇ ਸੁੱਕਾ ਨਹੀਂ ਲੰਘ ਸਕਦਾ ਜੀ ਜਨਾਬ ਮੈਂ ਤਾਂ ਇੱਕ ਵਾਰੀ ਨਾਕੇ ਤੇ 10 ਮੱਝਾਂ ਦਾ ਵੀ ਚਲਾਨ ਕੱਟਿਆ ਹੋਇਆ ਉਹਨਾਂ ਦੇ ਮਾਲਕ ਦਾ ਜੀ ਜਨਾਬ ਜੀ ਤਾਂ ਕਿ ਵੀ ਨਾਕੇ ਦੇ ਬਿਜਲੀ ਕਿਉਂ ਲਗਾਉਣਾ ਗੰਦ ਪੈਂਦਾ ਵਗੈਰਾ ਵਗੈਰਾ ਕੁਛ ਆਪ ਵੀ ਸਮਝ ਲਿਆ ਕਰੋ ਜੀ ਜਨਾਬ ਜੀ ਹਾਂ ਤੇ ਅੱਜ ਮੇਰਾ ਸਾਥ ਦੇਣਾ ਮੈਂ ਬਹੁਤ ਕੱਬਾ ਹੌਲਦਾ ਨਾ ਜਿਹੜੇ ਥਾਂ ਤੇ ਮੇਰੀ ਡਿਊਟੀ ਲੱਗੀ ਹੈ 2 ਮਹੀਨਿਆਂ ਬਾਅਦ ਮੇਰੀ ਬਦਲੀ ਹੋ ਜਾਂਦੀ ਹੈ ਜੀ ਜਨਾਬ ਔਰ ਬਦਲੀ ਮੈਂ ਆਪ ਨਹੀਂ ਕਰਾਉਂਦਾ ਲੋਕ ਕਹਿ ਕੇ ਕਰਾਉਂਦੇ ਵੀ ਬੜਾ ਕੱਬਾ ਹੈ ਬੜਾ ਕੱਬਾ ਹੈ ਜੀ ਜਨਾਬ ਮੈਂ ਜਿੰਨਾ ਲੋਕਾਂ ਪ੍ਰਤੀ ਸਖਤ ਹਾਂ ਓਨਾ ਹੀ ਮੈਂ ਆਪਣੇ ਮੁਲਾਜ਼ਮਾਂ ਪ੍ਰਤੀ ਵੀ ਸਖਤ ਹਾਂ ਜੀ ਜਨਾਬ ਇਸ ਕਰਕੇ 19-21 ਕਰਨ ਦੀ ਕੋਸ਼ਿਸ਼ ਨਾ ਕਰੀ ਮੈਨੂੰ ਡੰਡਾ ਦੇ ਦੇ ਸਾਥ ਦੇ ਦੀ ਅੱਜ ਮੇਰਾ ਬੜਾ ਸਪੈਸ਼ਲ ਨਾਕਾ ਤੇ ਕੱਬਾ ਹੌਲਦਾਰ ਆ ਮੈਂ ਜੀ ਜਨਾਬ ਐਵੇਂ ਨਾ ਕਿਤੇ ਨੌਕਰੀ ਤੋਂ ਹੱਥ ਧੋ ਬੈਠੀ ਕਿਉਂਕਿ ਮੇਰਾ ਕੋਈ ਪਤਾ ਨਹੀਂ ਮੂਡ ਦਾ ਕਦੋਂ ਕਿਹੜਾ ਕਿਹੜਾ ਐਕਸ਼ਨ ਲੈ ਜਾਣਾ ਜੀ ਕਹਰੇ ਪਰਦੇ ਆਸੀ ਸਾਥ ਕੀ ਨਿਭਾਓਗੇ ਹਮ ਤੁਮ ਤੋਂ ਠਹਿਰੇ ਪਰਦੇਸੀ ਸਾਥ ਕੀ ਨਿਭਾਓਗੇ ਇਹਦਾ ਸਾਥ ਤੁਹਾਨੂੰ ਹੁਣ ਨਿਭਾ ਦੂੰ ਕਿਆ ਹੋਇਆ ਸਰਕਾਰ ਆਇਆ ਲਾਲ ਟਿੱਕਾ ਹੈ ਗਾਣੇ ਗਾਉਂਦਾ ਹੋਣਾ ਇੱਥੇ ਸੱਭਿਆਚਾਰਕ ਮੇਲਾ ਹੋਇਆ ਹੈ ਗਾਣੇ ਗਾਉਂਦਾ ਜਨਾਬ ਗਾਣੇ ਗਾਉਂਦਾ ਕਿਆ ਹੋਇਆ ਜਨਾਬ ਵਾ ਕੀ ਆ ਓਏ ਇਹ ਜਨਾਬ ਟੈਲੀਵਿਜ਼ਨ ਹੈ ਅਜੇ ਟੈਲੀਵਿਜ਼ਨ ਵੀਸੀਆਰ ਵੀਸੀਆਰ ਵੀ ਹੈ ਇਹ ਕਿੱਥੇ ਲੈ ਕੇ ਚਲੇ ਹੋ ਸਾਹਿਬ 15 ਨੰਬਰ ਕੋਠੀ ਮੈਂ ਜਾ ਰਹਾ ਹਾਂ 15 ਨੰਬਰ ਕੋਠੀ ਜੀ ਅੱਛਾ ਇਹ ਉਹ ਫਿਲਮਾਂ ਤਾਂ ਨਹੀਂ ਹੈਗੀਆਂ ਜਿਹੜੀਆਂ ਉਹ ਜਿਹੜੀਆਂ ਮੈਨੂੰ ਤਾਂ ਕੁਝ ਪਤਾ ਨਹੀਂ ਹੈ ਜੀ ਦੁਕਾਨ 'ਤੇ ਲਗਾ ਹੋਇਆ ਹੂੰ ਉਹਨੇ ਭੇਜਿਆ ਕਿ 15 ਨੰਬਰ ਕੋਠੀ ਮੈਂ ਛੋੜ ਦੋ ਜੇ ਸਮਾਨ ਅੱਛਾ ਜੀ ਕਿੰਨੇ ਛੋੜ ਦੇਗਾ ਫਿਰ ਸਾਡੇ ਪੁੱਛੇ ਬਿਨਾ ਚੱਲ ਥੱਲੇ ਆ ਜਾ ਤੁਮ ਤੋਂ ਠਹਿਰੇ ਪਰਦੇ ਸੀ ਕੀ ਹੋਇਆ ਸਰਕਾਰ ਪੌੜੀ ਲਾਈਏ ਉੱਤਰ ਜਾ ਉੱਥੇ ਬਹਿ ਜਾ ਬਹਿ ਜਾ ਸ਼ਾਬਾਸ਼ ਬਿਠਾ ਇਹਨੂੰ ਮੋਲ ਲ ਬੈਠ ਬੈਠ ਬਹਿ ਜਾ ਬਹਿ ਜਾ ਕੁਰਸੀ ਤੇ ਨਹੀਂ ਬਾ ਐਸਾ ਕਿਉਂ ਲੱਗਿਆ ਉਹ ਆ ਇਹਦੀ ਜਿਪਸੀ ਬੈਗ ਲਾਓ ਸਕੂਟਰ ਆਉਂਦਾ ਰੋਕ 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 ਕਈ ਵਾਰੀ ਨਹੀਂ ਵੀ ਰੁਕਦੇ ਮੁੰਡੇ ਖੁੰਡੇ ਜੇ ਕਿਹੜੀ ਗੱਲ ਹੁੰਦੀ ਹੈ ਹੋਰ ਐਕਸ਼ਨ ਲੈ ਲਾਂਗੇ ਉਹਨਾਂ ਤੇ ਜੀ ਕਿਹੜੀ ਗੱਲ ਆ ਹਾਂ ਆ ਇੱਕ ਹੋਰ ਆ ਗਿਆ ਓਏ ਹੋਰ ਇਧਰ 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 ਥੋੜਾ ਮੂਹਰੇ ਹੋ ਕੇ ਰੁਕੂਗਾ ਰੁਕ ਓਏ ਦੇਖ ਰੁਕਿਆ ਨਾ ਰੁਕ ਰੁਕ ਅਸੀਂ ਗੱਲ ਪਹਿਲਾਂ ਇਹਦੀ ਕੰਮ ਨਮੇੜੀ ਵੀਸੀਆਰ ਜਾ ਆ ਥੱਲੇ ਲਾ ਟੈਲੀਵਿਜ਼ਨ ਜਾ ਟੈਲੀਵਿਜ਼ਨ ਥੱਲੇ ਲਾ ਮੈਂ ਦੱਸਦਾ ਮੈਂ ਦੱਸਦਾ ਲਿਆ 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 ਆ ਵੀ ਲਾ ਮੇਰੇ ਤੋਂ ਕੀ ਗਲਤੀ ਹੋ ਗਈ ਇੱਥੇ ਬੈਠਾ ਬਸ ਇੱਥੇ ਬੈਠਾ ਇੱਥੇ ਧਰ ਫੋਟੋ ਖਿਚਾਉਣੀ ਆ ਫੋਟੋ ਅਖਬਾਰ ਮੈਂ ਆਏਗਾ ਹਾਂ ਅਖਬਾਰ ਚ ਮੇਰੇ ਗਾਂਵ ਮੈਂ ਦੇਖੇਗੇ ਮੂੰਹ ਥੋੜਾ ਹੱਸਣਾ ਨੀ ਕਿਉਂ ਹਾਂ ਉਹੀ ਘਸਮੈਲਾ ਜਿਹਾ ਮੂੰਹ ਬਣਾ ਇਹ ਤਾਂ ਬਹੁਤ ਲੇਟ ਹੋ ਜਾਊਗਾ ਮੈਂ ਵੀ ਛੋਲੇ ਕੀ ਤਰ੍ਹਾਂ ਇਹ ਫੋਟੋ ਖਿੱਚੀਏ 1 ਉਹ ਹੱਸਣਾ ਨਹੀਂ ਓਏ 1 ਗੁੱਸਾ ਹੋਣਾ ਹੈ 2 3 ਖਿੱਚਲੀ ਨਾ ਫੋਟੋ ਰਾਮ ਕੁਮਾਰ ਨੂੰ ਮੈਨੂੰ ਪਹਿਲੇ ਬਤਾ ਦਿੱਤੇ ਅਗਰ ਫੋਟੋ ਖਿਚਵਾਣਾ ਤਾਂ ਇਸਮੇ ਕੀ ਤਾਂ ਮੈਂ ਜਾਉਂ ਕਿਆ ਕਿਆ ਫੋਟੋ ਤੇਰੀ ਮਸ਼ਹੂਰ ਹੋਣ ਵਾਸਤੇ ਨਹੀਂ ਇਹ ਫੋਟੋ ਅਖਬਾਰ ਚ ਲਵਾਵਾਂਗੇ ਤੇ ਅਖਬਾਰ ਦੇ ਵਿੱਚ ਥੱਲੇ ਲਿਖਿਆ ਹੋਊ ਕਿ ਪੁਲਿਸ ਨੇ ਬਹੁਤ ਹੀ ਚੌਕਸੀ ਵਰਤਦੇ ਹੋਏ ਨਾਕੇ ਤੋਂ ਇੱਕ ਵੀਸੀਆਰ ਤੇ ਟੈਲੀਵਿਜ਼ਨ ਚੋਰ ਗਰੋਹ ਕਾਬੂ ਕੀਤਾ ਉਹਦੇ ਨਾਲ ਕਾਂਸਟੇਬਲ ਮੋਹਲਾ ਤੇ ਜੁਗਨੂ ਹੌਲਦਾਰ ਦੀ ਤਰੱਕੀ ਪੱਕੀ ਹਾਜ਼ਰ ਜੀ
जनाब आगे करी जाने हो देखदा नहीं हो मैं एक्सरसाइज करदा और भंगड़ा पाउना इथे है पता नहीं की होई अपने ना पीछे है दो बंदे भज गए हुन गवर्नमेंट तां आपां नूं चलो नहीं दिंदी आपां नूं वधिया मोटरसाइकल जिप्सियां आपां घटो घट आपदे शरीर तों ही कम लिया करिए मेरे नाके तों कोई भज नहीं सकदा दो भज गए एक फड़ के आपां थाने भेजिया बीसीआर वाला अपना ਰਲਿਆ ਮਿਲਿਆ ਜਾਂ ਹੰਗਾਰਾ ਹੀ ਆ ਆਪਣੇ ਨਾਕੇ ਨੂੰ ਮੈਂ ਇਹ ਤੋਂ ਵਧੀਆ ਪਰਫਾਰਮੈਂਸ ਚਾਹਣਾ ਮੋਹਨ ਲਾਲ ਤੂੰ ਥੋੜਾ ਜਿਹਾ ਚਲਾਕੀ ਵਰਤਣੀ ਹੈ ਚੁਸਤੀ ਵਰਤਣੀ ਹੈ ਠੀਕ ਹੈ ਹੁਣ ਇੱਥੋਂ ਕੋਈ ਆਪਾਂ ਲੰਘਣ ਨਹੀਂ ਦੇਣਾ ਵੈਸੇ ਇਹ ਤਾਂ ਕੁਛ ਵੀ ਨਹੀਂ ਮੇਰੇ ਨਾਲ ਤਿੰਨ ਕੁ ਮਹੀਨੇ ਪਹਿਲਾਂ ਬਹੁਤ ਭੈੜੀ ਹੋਈ ਸੀ ਕਿਵੇਂ ਜਨਾਬ ਉਹ ਕਿਵੇਂ ਉਹ ਤੋਂ ਬਾਅਦ ਮੈਂ ਤਿੰਨ ਮਹੀਨੇ ਦੀਆਂ ਛੁੱਟੀਆਂ ਲੈ ਲਈਆਂ ਸੀ ਤਿੰਨ ਮਹੀਨੇ ਦੀਆਂ ਛੁੱਟੀਆਂ ਹਾਂ ਉਹ ਕਿਉਂ ਜਨਾਬ ਥਾਣੇ 'ਚ ਆਪਣੇ ਫੋਨ ਆਇਆ ਵੀ ਫਲਾਣੇ ਥਾਂ ਤੇ ਨਾ ਕੋਈ ਭੁੱਕੀ ਵਾਲਾ ਭੁੱਕੀ ਦੀ ਬੋਰੀ ਵੇਚਦਾ ਫਿਰਦਾ ਮੈਂ ਚਾਰ ਮੁਲਾਜ਼ਮ ਨਾਲ ਲੈ ਛਾਪਾ ਮਾਰਿਆ ਭੁੱਕੀ ਵਾਲਾ ਭੁੱਕੀ ਦੀ ਬੋਰੀ ਛੱਡ ਕੇ ਭੱਜ ਗਿਆ ਸਾਨੂੰ ਦੇਖ ਕੇ ਜੀ ਜਨਾਬ ਉਹ ਮੈਂ ਮੁਲਾਜ਼ਮਾਂ ਨੂੰ ਆਖਿਆ ਮੁਲਾਜ਼ਮੋ ਬੋਰੀ ਬਾਅਦ ਚੱਕਾਂਗੇ ਪਹਿਲਾਂ ਸਾਵਾਂ ਮੁਜਰਮ ਫੜਨਾ ਜੀ ਜਨਾਬ ਲਓ ਜੀ ਭੁੱਕੀ ਵਾਲੇ ਦੇ ਪਿੱਛੇ ਭੱਜੇ ਅਸੀਂ ਜੀ ਜਨਾਬ ਤੁਹਾਨੂੰ ਪਤਾ ਮੋਹਨ ਲਾਲ ਮੇਰੀ ਰੇਸ ਬਹੁਤ ਆ ਮੈਂ ਸਕੂਲ ਵੇਲੇ ਨਾ ਅੱਧੀ ਛੁੱਟੀ ਵਾਲੀ ਭੱਜ ਜਾਂਦਾ ਸੀ ਜੀ ਜਨਾਬ ਤਾਂ ਭੁੱਕੀ ਵਾਲੇ ਦੇ ਨਾਲ ਰਲ ਗਿਆ ਸੀ ਪਲੱਸ ਭੁੱਕੀ ਵਾਲੇ ਦੀ ਗਿੱਚੀ 'ਚ ਹੱਥ ਪਾਉਣ ਹੀ ਲੱਗਿਆ ਸੀ ਜੀ ਜਨਾਬ ਭੁੱਕੀ ਵਾਲਾ ਦਿਮਾਗ ਕੰਮ ਕਰ ਗਿਆ ਉਹਦੇ ਪਿੱਛੇ 50 ਦਾ ਨੋਟ ਸੁੱਟਤਾ ਸੀ ਨੋਟ ਚੱਕਣ ਲੱਗੇ ਸਾਰਾ 3 ਕਿਲੋਮੀਟਰ ਲੱਗ ਗਿਆ ਮੈਂ ਕਿਹਾ ਚਲੋ ਫਿਰ ਹੁਣ ਕੀ ਮਹਿਕ ਮੈਨੂੰ ਜਵਾਬ ਦੇਵਾਂਗੇ ਬਹੁਤ ਹੀ ਮਾੜੀ ਹੋਈ ਜਨਾਬ ਇਸ ਕਰਕੇ ਹੁਣ ਇਦੋਂ ਬਾਅਦ ਨਹੀਂ ਮੈਂ ਛੁੱਟੀ ਲੈਣੀ ਚਾਹੁੰਦਾ ਮੈਂ ਚਾਹੁੰਦਾ ਵੀ ਇੱਥੋਂ ਹੁਣ ਨਾ ਕੋਈ ਲੰਘ ਕੇ ਜਾਵੇ ਡਾਂਗ ਮੈਨੂੰ ਫੜਾ ਦੇ ਲੋ ਜੀ ਜੀ ਸਖਤਾਈ ਕਰਦੇ ਹੁਣ ਇੱਥੋਂ ਕੋਈ ਲੰਘ ਕੇ ਨਾ ਜਾਵੇ ਜਨਾਬ ਹੁਣ ਨਹੀਂ ਲੰਘ ਸਕਦਾ ਜੀ ਸ਼ੁਭ ਨੂੰ ਹੌਲਦਾਰ ਦਾ ਨਾਕਾ ਕੱਬੇ ਹੌਲ ਆ ਰੋਕੋ 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 ਬੰਦ ਕਰ ਲਾ ਟਾਈਮ ਲੱਗੂ ਜੀ ਸਰ ਹੈ ਹਾਂਜੀ ਸਰ ਹਾਂਜੀ ਸਰ ਕੀ ਕਿੱਧਰੋਂ ਆਇਆ ਬਾਜ਼ਾਰ ਤੋਂ ਆਇਆ ਜੀ ਬਾਜ਼ਾਰੋਂ ਕੌਣ ਆਇਆ ਮੇਰੀ ਵਾਈਫ ਹੈ ਜੀ ਪੰਜਾਬੀ ਜੀ ਦੱਸੋ ਘਰ ਵਾਲੀ ਹੈ ਜੀ ਮੇਰੇ ਸਿੱਧਾ ਕਹਿ ਵੀ ਪਤਨੀ ਹੈ ਕੀ ਸਬੂਤ ਹੈ ਵੀ ਤੇਰੇ ਘਰ ਵਾਲੀ ਹੈ ਸਬੂਤ ਬਸ ਘਰ ਵਾਲੀ ਹੈ ਜੀ ਹੋਰ ਸਬੂਤ ਕੀ ਹੈ ਇਹ ਕਿਵੇਂ ਘਰ ਵਾਲੀ ਹੈ ਹੈ ਸਬੂਤ ਕੋਈ ਮਤਲਬ ਬੱਚੇ ਵਗੈਰਾ ਕੋਈ ਬੱਚੇ ਘਰੇ ਨੇ ਜੀ ਕਿੰਨੇ ਬੱਚੇ ਨੇ ਦੋ ਅੱਛਾ ਦੋ ਬੱਚੇ ਜੰਮ ਕੇ ਘਰੇ ਛੱਡ ਰੱਖੇ ਨੇ ਆਪ ਬਾਹਰ ਵਾਰਾ ਕਰਦੇ ਕਰਦੇ ਫਿਰਦੇ ਹੋ ਹੁਣ ਜੇ ਸੁਣਨੇ ਬੱਚਿਆਂ ਨੂੰ ਕੋਈ ਚੱਕ ਕੇ ਲੈ ਜੇ ਪੈ ਗਿਆ ਨਾ ਪੁਲਿਸ ਨੂੰ ਪੰਗਾ ਫਿਰ ਇਹ ਤਾਂ ਕੇਸ ਬਣਦਾ ਨਾ ਉਹ ਸਾਰਾ ਜਨਾਬ ਕੇਸ ਬਣਦਾ ਜੀ ਮੈਂ ਕਹਿੰਦਾ ਕੇਸ ਬਣ ਗਿਆ ਉਹ ਸਰਕਾਰ ਅਸੀਂ ਤਾਂ ਇੱਥੇ ਮਾਰਕੀਟ ਤੱਕ ਗਏ ਸੀ ਬੱਚੇ ਘਰੇ ਨਹੀਂ ਤੇ ਸੁਣ ਕਿੱਥੋਂ ਨਾਲ ਜੀ ਮੋਟਰਸਾਈਕਲ ਤੇ ਕਿੱਥੋਂ ਦੋ ਜਣੇ ਨਾਲ ਜੀ ਥੋੜਾ ਜ਼ਿਆਦਾ ਨਹੀਂ ਬੋਲਦਾ ਤੇਰੀ ਮੈਂ ਕਰਾਮਾ ਜ਼ਬਾਨ ਬਣ ਤੇਰੀ ਹੈ ਹੌਲਦਾਰ ਜੁਗਨੂੰ ਕੱਬਾ ਹੌਲਦਾਰ ਬੜਾ ਖਤਰਨਾਕ ਨਾਕਾ ਹੈ ਅੱਛਾ ਬੱਚੇ ਘਰੇ ਛੱਡ ਰੱਖੇ ਨੇ ਤੇ ਆਪ ਫਿਰਦੇ ਹੋ ਬਾਹਰ ਸਿੱਧਾ ਵਾਰਾ ਕਰਦੇ ਤੇ ਲਾਪਰਵਾਹੀ ਦਾ ਕੇਸ ਬਣਦਾ ਤੇ ਕੇਸ ਪਾ ਦਈਏ ਫਿਰ ਪਾ ਦੋ ਇਹਨਾਂ ਪੱਕਾ ਸਰ ਸੌਰੀ ਜੀ ਸਰ ਸਾਨੂੰ ਜਾ ਲੈਣ ਤੋਂ ਕਾਹ ਨੂੰ ਬੱਚੇ ਘਰੇ ਹੋਣਗੇ ਇਕੱਲੇ ਜੀ ਕਾਹ ਨੂੰ ਸੌਰੀ ਸਰ ਪਹਿਲਾਂ ਸੋਚਣਾ ਸੀ ਬੱਚੇ ਘਰੇ ਇਕੱਲੇ ਆ ਹੁਣ ਮੇਰੇ ਕਹੇ ਤੇ ਬੱਚੇ ਇਕੱਲੇ ਯਾਦ ਆ ਗਏ ਉਧਰ ਫਿਰਦੇ ਹੋ ਮੋਟਰਸਾਈਕਲਾਂ ਤੇ ਫਿਰਦੇ ਹੋ ਐ ਇੱਥੇ ਹੱਥ ਪਵਾ ਕੇ ਤੁਰਦੇ ਹੋ ਇੱਥੇ ਜਾ ਕੇ ਮੋਟਰਸਾਈਕਲਾਂ ਸਾਡੇ ਸਾਹਮਣੇ ਵਾਰਾ ਕਰਦੀਆਂ ਸਰ ਸੌਰੀ ਜੀ ਸਰ ਉਹ ਸੌਰੀ ਸੌਰੀ ਕੋਈ ਨਹੀਂ ਸਾਈਡ ਤੇ ਲਾ ਕੇਸ ਪਊਗਾ ਲਾ ਦੇ ਸਰ ਕੇਸ ਨੂੰ ਸਰ ਤੁਸੀਂ ਕਾਹ ਨੂੰ ਜੀ ਮਾਫ ਕਰ ਦੋ ਸਰ ਜਾ ਲੈਣ ਨੂੰ ਸਾਨੂੰ ਐਂ ਕਿਵੇਂ ਮਾਫ ਕਰ ਦੋ ਐ ਤਾਂ ਫਿਰ ਸਾਡੇ ਬੱਚੇ ਫਿਰ ਸਾਡੇ ਬੱਚੇ ਨਾ ਤਿਹਾਰ ਮਨਾਉਣ ਸਾਡੇ ਬੱਚੇ ਰੋਟੀ ਨਹੀਂ ਖਾਣੀ ਐਂ ਜੇ ਮਾਫ ਹੀ ਕਰਨ ਲੱਗ ਗਏ ਫਿਰ ਪੁਲਿਸ ਚ ਕਾਹਦੇ ਵਾਸਤੇ ਆਉਣਾ ਸਰ ਇਸ ਤੋਂ ਫੋਨ ਕਰਵਾਉਣਾ ਮੈਂ ਡੀਐਸਪੀ ਸਾਹਿਬ ਤੋਂ ਫੋਨ ਕਰਾ ਲਾਂ ਉਹ ਮਾਂ ਕਾ ਚਾਹੇ ਜੀ ਤੋਂ ਮਰਜ਼ੀ ਫੋਨ ਕਰਾ ਲੈ ਮੈਂ ਬਹੁਤ ਦੇਸ਼ ਭਗਤ ਹਾਲਦਾਰ ਆ ਮੈਂ ਨਹੀਂ ਮੰਨਦਾ ਕਿਸੇ ਦੀ ਸਿਫਾਰਿਸ਼ ਮੈਂ ਐਸਐਸਪੀ ਸਾਹਿਬ ਤੋਂ ਫੋਨ ਕਰਾਉਣਾ ਜੀ ਓਏ ਐਸਐਸਪੀ ਸਾਹਿਬ ਤੋਂ ਕਰਾਇਆ ਜੀ ਤੋਂ ਮਰਜ਼ੀ ਕਰਾ ਲੈ ਮੈਂ ਨਹੀਂ ਮੰਨਦਾ ਮੈਂ ਬੜਾ ਦੇਸ਼ ਭਗਤ ਹਾਲਦਾਰ ਆ ਮੈਂ ਫਾਈਨਾਂਸ ਮਿਨਿਸਟਰ ਤੋਂ ਫੋਨ ਕਰ ਦੇਣਾ ਸਾਰੇ ਜੀਜਾ ਹੀ ਨੇ ਜੀ ਫਾਈਨਾਂਸ ਮਿਨਿਸਟਰ ਮੇਰੇ ਤੇ ਡੀਸੀ ਲੱਗਿਆ ਤੂੰ ਮੈਨੂੰ ਡਰਾਉਣਾ ਮੈਂ ਤੁਹਾਨੂੰ ਦੱਸਿਆ ਮੈਂ ਬਹੁਤ ਦੇਸ਼ ਭਗਤ ਹੌਲਦਾਰ ਆ ਮੈਂ ਨਹੀਂ ਮੰਨਦਾ ਕਿਸੇ ਦੀ ਸਿਫਾਰਿਸ਼ ਸਰ ਮੈਂ ਰਾਜਪਾਲ ਤੋਂ ਫੋਨ ਕਰਾਣਾ ਗਵਰਨਰ ਤੋਂ ਜੀ ਗਵਰਨਰ ਤੋਂ ਫੋਨ ਕਰਾਣਾ ਫਿਰ ਤਾਂ ਛੱਡ ਦੋਗੇ ਮੈਂ ਮੰਨਦਾ ਹੀ ਨਹੀਂ ਮੈਂ ਬਾਲਾ ਕੱਬਾ ਤੇ ਚੀਫ ਮਿਨਿਸਟਰ ਤੋਂ ਕਹਾ ਦੀ ਜੀ ਫਿਰ ਉਹ ਮੈਂ ਨਹੀਂ ਮੰਨਦਾ ਬਈ ਬਹੁਤ ਕੱਬਾ ਮੈਂ ਮੁੱਖ ਮੰਤਰੀ ਜੀ ਵੀ ਨਹੀਂ ਮੰਨਦੇ ਨੋ ਨੋ ਪ੍ਰਾਈਮ ਮਿਨਿਸਟਰ ਤੋਂ ਕਹਾ ਦੀ ਫਿਰ ਉਹ ਤਾਂ ਆਪ ਹੀ ਵਿਚਾਰਾ ਕਿਸੇ ਤੋਂ ਹੋਰ ਕਹਾਉਣ ਨੂੰ ਫਿਰਦਾ ਰਹਿੰਦਾ ਛੱਡ ਪਰੇ ਉਹ ਛੱਡ ਉਹ ਮੈਂ ਬਹੁਤ ਦੇਸ਼ ਭਗਤ ਹੌਲਦਾਰ ਫਿਰ ਹਾਲ ਤੁਹਾਡੀ ਘਰ ਵਾਲੀ ਤੋਂ ਫੋਨ ਕਰਾਵਾਂ ਫਿਰ ਤਾਂ ਮੰਨੋਗੇ ਨਾ ਮੈਂ ਵਿਆਹ ਹੀ ਨਹੀਂ ਕਰਾਇਆ ਇਸੇ ਕਰਕੇ ਮੇਰਾ ਵਿਆਹ ਨਹੀਂ ਹੋਇਆ ਕਿਉਂਕਿ ਮੈਂ ਸਿਰਫ ਦੇਸ਼ ਨੂੰ ਪਿਆਰ ਕਰਦਾ ਦੇਸ਼ ਭਗਤ ਆ ਮੈਂ ਨਹੀਂ ਦੇਸ਼ ਦੀਆਂ ਕੁੜੀਆਂ ਨੂੰ ਪਿਆਰ ਕਰਦਾ ਉਹ ਸਰ ਮੈਨੂੰ ਐ ਦੱਸੋ ਫਿਰ ਹੱਲ ਕੀ ਹੈ ਇਸ ਚੀਜ਼ ਦਾ ਹੱਲ ਕੀ ਯਾਰ ਮੈਂ ਹੱਲ ਵੀ ਕੱਢਾਂਗੇ ਐ ਨਹੀਂ ਮੰਨਦੇ ਬਈ ਐ ਨਹੀਂ ਮੰਨਦੇ ਜਨਾਬ ਮੈਂ ਦੱਸਦਾ ਮੈਂ ਇਕੱਲੇ ਗਾਂਧੀ ਜੀ ਦੀ ਸਿਫਾਰਿਸ਼ ਮੰਨਦਾ ਗਾਂਧੀ ਜੀ ਦੀ ਸ਼ਾਂਤੀ ਦੇ ਪੁਜਾਰੀਆਂ ਉਹ ਜਨਾਬ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਇੱਥੋਂ ਸ਼ਹੀਦ ਹੋਏ ਨੂੰ ਤੁਸੀਂ ਕਮਾਲ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ ਹਰ ਵਾਰ ਦੇਖ ਲੈ ਇੱਥੇ ਹੀ ਲੱਭ ਜਾਣੇ ਆ ਗਾਂਧੀ ਜੀ ਇਹ ਠੀਕ ਨਹੀਂ ਲੱਗਦੇ ਇੱਥੇ ਕਿੱਥੇ ਲੱਭ ਜਾਣੇ ਨੇ ਗਾਂਧੀ ਜੀ ਇੱਥੋਂ ਹੀ ਲੱਭ ਜਾਣੇ ਆ ਕਿਤੋਂ ਨੇੜੇ ਤੇੜੇ ਹੋ ਲੈ ਕੀ ਗੱਲ ਕਰਦੇ ਆ ਦੇਖ ਕੇ ਭਲਾ ਇੱਧਰ ਆ ਇੱਕ ਮਿੰਟ ਇਹ ਗੱਲ ਤਾਂ ਸਰ ਮੇਰੀ ਦੇਖ ਮੈਂ ਦੇਖਦਾ ਲੈ ਕਿੰਨੀਆਂ ਸ਼ਬਾਰਸ਼ਾਂ ਲਈ ਫਿਰਦਾ ਓਏ ਤੈਨੂੰ ਦੱਸ ਇੰਨਾ ਚਿਰ ਖੜਨ ਦੀ ਕੀ ਲੋੜ ਸੀ ਹਾਂ
नागरिक जिम्मेवारी पोता होया दस सवेरे सवेरे रोक दिता मेनू सरपंच दे पोता होया बधाई लैन चलो पर साडी बधाई मेनू तां बौणी कर आंदे पहले फिर तेरा मत्था डम्मांगे ठीक है तुहानू आउंदे होए रोक लांगे कीड़ी गल इथों दी लंघना और जुगनू हॉल दा नाका इथों कोई सुक्का लंघ नहीं सकदा तो जरूरी है देना मनोरंजन भी जरूरी है काटे पूरे दका ना दूरा करदा कड़ता दीवाला नी बेली ना बेली ना बेली ना किसी कुड़ी दा कोई करवाला नी बेली ना किसी कुड़ी दा थेवा मुंदरी दा थेवा सारी उम्र करम तेरी सेवा वे खाबा विच ए थेवा मुंदरी दा थेवा मैं बहुत कब्बा हौलदार हां खुसियां नाल भी कब्बा चुप चुप इन्होंने अपन नच के खुश किया जी जनाब दो ठुमके अपा ला दिने ला दिने जनाब चल बजा बजाओ ललकार नाल मैं डर गई ललकार ना अंदर बढ़ गई तीज ललकार नाल नौ मेरा लैके सीधा आन के दरां दे विच बजया नी पट फिरदा शराब नाल रजया नी पट फिरदा शराब नाल रजया नी पट फिरदा मनोरंजन जा कर रहे थके जे पैसे
ਇਹ ਨਾਕਾ ਨਹੀਂ ਇੱਥੇ ਸੱਭਿਆਚਾਰ ਪ੍ਰੋਗਰਾਮ ਚੱਲ ਰਿਹਾ ਹੈ ਨਹੀਂ ਮਤਲਬ ਇਹ ਲੰਘੇ ਜਾਂਦੇ ਸੀ ਕਹਿੰਦੇ ਵਧਾਈ ਸਰਪੰਚ ਦੇ ਮੈਂ ਕਿਹਾ ਸਰਪੰਚ ਤੋਂ ਪਹਿਲਾਂ ਓਏ ਵਧਾਈ ਉਹ ਮੰਗਣ ਜਾਂਦੇ ਨੱਚੀ ਤੁਸੀਂ ਜਾਂਦੇ ਚੱਕਰ ਕੀ ਹੈ ਨਹੀਂ ਉਹ ਸਾਹਿਬ ਤਵਜਾ ਬਰਾਬਰ ਕਰ ਰਹੇ ਸੀ ਉਹਨਾਂ ਸਾਨੂੰ ਖੁਸ਼ ਕੀਤਾ ਜੀ ਅਸੀਂ ਫਿਰ ਉਹਨਾਂ ਨੂੰ ਖੁਸ਼ ਕਰ ਲਏ ਖੁਸ਼ ਕਰ ਰਹੇ ਸੀ ਹਾਂਜੀ ਥੋੜਾ ਜਿਹਾ ਮੈਂ ਕਿਹਾ ਜੀ ਜਵਾਨਾਂ ਦਾ ਮਨੋਰੰਜਨ ਵੀ ਚਾਹੀਦਾ ਜੀ ਨੱਚ ਰਹੇ ਸੀ ਨਾ ਹਾਂਜੀ ਜਨਾਬ ਚਲੋ ਇਸੇ ਖੁਸ਼ੀ ਵਿੱਚ ਮੈਂ ਤੁਹਾਨੂੰ ਜੀ ਜੀ ਤੁਸੀਂ ਨਾਕੇ ਦੇ ਨੱਚੇ ਹੋ ਲੋਕਾਂ ਦੀ ਸੇਵਾ ਕੀਤੀ ਹੈ ਦੇਖੋ ਜੀ ਇਸੇ ਖੁਸ਼ੀ 'ਚ ਮੈਂ ਤੈਨੂੰ ਹੌਲਦਾਰ ਜੁਗਨੂੰ ਜੀ ਤੇ ਸਿਪਾਹੀ ਮੋਹਨ ਨਾਲ ਹਾਂਜੀ ਲਾਈਨ ਹਾਜ਼ਰ ਕਰ ਰਹਾ ਤੁਸੀਂ ਬਈ ਇਹ ਮਨੋਰੰਜਨ ਕਰਦੇ ਸੀ ਸਾਡਾ ਜੀ ਚਲੋ ਪਿੱਛੇ ਲੋਕ ਚਲੋ ਹਾਂਜੀ ਪਿੱਛੇ ਹੋਵੋ ਹਾਂਜੀ ਉਹ ਚੱਲ ਸ਼ੁਰੂ ਹੋ ਮੇਰਾ ਮਨੋਰੰਜਨ ਕਰ ਆਪਾਂ ਲਾਈਨ ਹਾਜ਼ਰ ਤਾਂ ਹੋ ਗਏ ਆਪਾਂ ਹਾਏ ਬਾਜ ਪੀਆ ਬਾਜ ਪੀਆ ਦਿਲਦਾਰ ਦੇ ਗੁੱਟੇ ਗੁੱਟੇ ਬਾਜ ਪੀਆ ਪੀਆ ਬਾਜ ਪੀਆ ਦਿਲਦਾਰ ਦੇ ਗੁੱਟੇ ਗੁੱਟੇ ਬਾਜ ਪੀਆ